अजान अजान, हेलो अस्सलाम वालेकुम, वेलकम टू न्यू व्लॉग। सदा हंसते रहो, वसते रहो, शाद रहो, पाद रहो, आमीन सुमा आमीन। आज ये 27 रोजाना खैर नाल बाकी ब्राह कहन और त्रै रोजे कोई गुजर वे सन, कोई नहीं आख नू तो त्रै दिन तो इवें कह इवें मिनटा के जिमें टाइम आइंदा है। सिवी पकाई बैठी हम दरूद दियाँ कबर गुस्तान वेना से उत्थां दरूद शुरू दिवाई साएं, ते दरूद शुरू दिवा के ते कोई दुआ शुआ मंगाई साएं। ते लोग स्टार्ट करन तू पहले तू मेरे चैनल नू सब्सक्राइब कर ले सो, लाइक कर लो, शेयर कर लो, ताकि आवन वीडियो दा नोटिफिकेशन मिलता रहे। अस्सलाम वालेकुम व रहमतुल्लाहि व बरकातहू। सवेरे सवेरे उठे आए, बाल खिल रहे रे, खिल रहे हो, खिल ले ले नहीं खिल दे आए, खिल दे नहीं खिल रहे हो। आज अल्लाह भूखे खिलावे थारे वीर दी, दूर दूर दी भूखे गोवे। आज पगली तो लड्डू सवारियां निकले वजा जहाज नहीं ਜੀਵਰ ਇਹ ਭੋਨਵੀਆਂ ਸੇਵੀਆਂ ਭੋਨੀ ਆ ਰਹੀਆਂ ਤੁਸੀਂ ਵੇਂਦੇ ਪਿਓ ਸਭ ਭਾਈ ਹੋ ਥੋੜੀ ਥੋੜੀਆਂ ਨਾ ਬਿਲਕੁਲ ਰੈਡ ਕਲਰ ਦੀਆਂ ਹੋ ਗਈਆਂ ਸੇਵੀਆਂ ਨਾ ਬਲੈਕ ਹੋ ਤਰੀਕੇ ਦੀ ਹੁੰਦੀਆਂ ਨੇ ਇਹ ਰੈਡ ਰੈਡ ਹੋ ਗਈਆਂ ਕਿਉਂਕਿ ਇਹਨਾਂ ਨੂੰ ਪਹਿਲੇ ਘਿਓ ਦੇ ਵਿੱਚ ਭੁੰਨਾ ਸੇ ਘਿਓ ਦੇ ਭੁੰਨ ਛੁੰਨ ਕੇ ਤਲੀਆਂ ਨਾ ਘਿਓ ਦੇ ਵਿੱਚ ਤਲ ਕੇ ਉਸ ਤੋਂ ਬਾਅਦ ਇਹ ਪਾਣੀ ਪਾਇਆ, ਪਾਣੀ ਤੋਂ ਬਾਅਦ ਇਹ ਥੋੜੀ ਚੀਨੀ ਪਾਈਏ। ਮਜ਼ੇਦਾਰ ਸੇਵੀਆਂ ਬਣਵੇ ਸੇ ਜਿਵੇਂ ਕਿ ਚਾਵਲ ਨਹੀਂ ਬਣੇ ਹੋਏ ਹੁੰਦੇ, ਇਹ ਇਵੇਂ ਚਾਵਲ ਦੀ ਇੱਕ ਇੱਕ ਇੱਕਾਂ ਦਾ ਰਹਿੰਦਾ ਹੈ, ਤਾਂ ਇਵੇਂ ਆ ਸੇਵੀਆਂ ਬਣੀ ਹੋਈ ਹੋ ਸੇ ਤੁਸੀਂ सारे हौले हौले कट्ठे होंदे आसन। भीड़ के खा गो ये जनाब हमारी पगली खड़ी है इधर छप्पर दे तले खड़ाई आई। ये बार सीमियां गई हैं बाण मेरी है, तुसा चेक करो बिल्कुल मज़ेदार, यकीन करो ये सीमियां आस्ते लोग लोंदे बड़े। वेलकम बैक वीवर, ये को तुसा दिखाए के सीवियां सीवियां बन गई हैं, सारा काम हो गया। हाँ तो चलो थप चढ़ती पई है, झाड़ू छाड़ू ला लवा, मेरे हाथ बोखा रहे, जल्दी जल्दी झाड़ू छाड़ू ला के ते सफाई करने हैं, सफाई करके बर्तन शर्तन दो हैं साहब तेमा दी रोटी पकावनी क्योंकि वो रोज़ा नहीं रखें उन्होंने ना, क्योंकि वो मेडिसन खाने रहते हैं इस वजह तो रोज़ा नहीं रख सकते, जो रोज़ा नहीं रखें उन्होंने वास्ते तो रोटी मजबूरी है पकावनी है। लेकिन चलो मैं आखिर चलो बुखर सुखर दे लवा जल्दी जल्दी, उस तो बाद रोटी शोटी का इंतजाम उन्होंने करे सको, क्योंकि बाबा ला भी है इलाके च पट्ठे छट्ठे बढ़ने पट्ठे छट्ठे बढ़न लग गए, पट्ठे बढ़ के आसे रोटी ताज़ी पका के तंदूर से देस बोखा शोखा दे ला, मेरा इधर दुध पिया कड़ता है, दुध की अग शग बनाई तो मैं आख चलो ये तक इधर अग बाड़ गई तो मैं बोखा शोखा दे लवा, तो कहते पैसो ये मेरी अग बनती पई है। वेलकम बैक वीवर,
ਲੋਖਾ ਸ਼ੋਖਾ ਦੱਬ ਗਈ ਹੈ, ਦੁੱਧ ਦੀ ਅੱਗ ਬਣ ਗਈ ਹੈ ਦੁੱਧ ਦੀ, ਤਾਂ ਦੁੱਧ ਰੱਖਣੀ ਹੈ, ਦੁੱਧ ਕੜਵੇ ਸੀ ਇਹਦਾ ਕਿ ਇਹ ਦੁੱਧ ਅਲਦੇਜ ਕੀ ਖਲੋਤੀ, ਤਾਂ ਮੈਂ ਆਖਿਆ ਮੈਂ ਫਸ ਸਭ ਤੋਂ ਪਹਿਲੇ ਦੁੱਧ ਰੱਖਣਾ ਵਾ, ਦੁੱਧ ਰੱਖ ਕੇ ਉਸ ਤੋਂ ਬਾਅਦ ਇਹ 'ਚ ਬਰਤਨ ਦੋਸਾਂ ਅਤੇ ਆਟਾ ਮਲ ਲਈ, ਦੁੱਧ ਵੀ ਰੱਖਾ ਗਿਆ ਦੇਣੀ ਹੈ, ਤਾਂ ਇਹ ਟੋਕਰੀ ਹੁਣ ਦੁੱਧ ਕੜਦਾ ਰਹਾ ਸੀ ਪਿਆ ਰਹਾ ਸੀ, ਮੈਂ ਗੁੰਨ ਲਵਾਂ ਆਟਾ, ਗੁੰਨ ਕੇ ਆਟਾ ਉਸ ਤੋਂ ਬਾਅਦ ਇਹ 'ਚ ਬਰਤਨ ਦੋਸਾਂ। ਆਟਾ ਕੱਢੀ ਬੈਠੀ ਹਾਂ, ਇਹ ਇਹ ਗੁੰਸਾ ਲੂਣ ਵਾਲਾ ਅਤੇ ਇਹ ਜਿਹੜੇ ਵਿੱਚ ਪਿਆ ਤਲੇ, ਇਹ ਗੁੰਸਾ ਲੂਣ ਤੋਂ ਬਗੈਰ ਮੇਰਾ ਪਾਣੀ ਆਇਆ ਪਿਆ, ਨਮਕ ਆਇਆ ਪਿਆ, ਤਾਂ ਮੈਂ ਆਟਾ ਗੁੰਨ ਕੇ। ਵੈਲਕਮ ਬੈਕ ਵੀਵਰ, ਆਟਾ ਮੇਰਾ ਗੁੱਦਾ ਪਿਆ, ਇਹ ਲੂਣ ਤੋਂ ਬਗੈਰ ਲੂਣ ਵਾਲਾ, ਇਹ ਲੂਣ ਤੋਂ ਬਗੈਰ ਗੁੱਦਾ ਪਿਆ, ਤਾਂ ਇਹਨਾਂ ਨੂੰ ਕੱਜ ਕਿਉਂ ਰੱਖੀ ਨਹੀਂ, ਪਹਿਲੇ ਧੋਨੀ ਬਰਤਨ, ਬਰਤਨ ਸ਼ਰਤਨ ਧੋ ਕੇ ਉਸ ਤੋਂ ਬਾਅਦ ਰੋਟੀ ਪਕਾਏ ਸਾਂ। ਵੈਲਕਮ ਬੈਕ ਵੀਵਰ, ਬਰਤਨ ਸ਼ਰਤਨ ਧੋਤੇ ਗਏ ਨੇ, ਇਹ ਮੇਰੇ ਬਰਤਨ ਧੋਤੇ ਪੈਣ, ਇਹ ਧੋਤੇ ਖੋਤੇ ਸਾਰੇ ਟੋਟਲ ਬਰਤਨ ਧੋਤੇ ਖੋਤੇ, ਬਰਤਨ ਸ਼ਰਤਨ ਧੋ ਲੈਣ, ਅਤੇ ਇਹਨਾਂ ਨੂੰ ਜੋਗ ਸ਼ੋਗ ਖਵਾ ਸ਼ਵਾ ਛੋੜੀਏ, ਇਹਦੇ ਵਿੱਚੋਂ ਲਾਸ਼ ਕੱਢ ਦਿੰਦਾ, ਇਹਨਾਂ ਦੇ ਈਜ਼ੀ ਹੋ ਗਈਆਂ, ਦੁੱਧ ਚੈੱਕ ਕਰੀਏ, ਦੁੱਧ ਰੱਖ ਕੇ ਗਈ, ਇੱਥੇ ਉਭਰਿਆ ਤਾਂ ਨਹੀਂ ਪਿਆ, ਨਹੀਂ ਨਹੀਂ ਮਾਸ਼ਾਅੱਲਾ ਬੜਾ ਸੋਹਣਾ ਕੱਢਦਾ ਪਿਆ ਦੁੱਧ, ਤਾਂ ਦੁੱਧ ਸਹੀ ਕੱਢਦਾ ਪਿਆ, ਅਤੇ ਤਾਂ ਦੂਰ ਬਲੇ ਨਹੀਂ ਦੁੱਧ, ਪਹਿਲੇ ਅੰਦਰ ਚਾਹੀ ਆਵਾਂ ਮਾਚਿਸ, ਕਿਉਂਕਿ ਬਾ ਪਹਿਲੇ ਵਾਲੀ ਮਾਚਿਸ ਮੇਰੀ ਮੁੱਕ ਗਈ, ਅੰਦਰ ਮੈਂ ਆ ਕੇ ਦੂਜੀ ਚਾਹ ਲਵਾਂ ਮਾਚਿਸ ਨਵੀਂ, ਆ ਗਈ ਮਾਚਿਸ ਬੰਦ ਕਰਕੇ, ਤੰਦੂਰ ਨੂੰ ਤੇਲ ਲੈਣੀ ਆ, ਛੋਟੀ ਛੋਟੀ ਪਕਣੀ ਆ, ਤੰਦੂਰ ਦੇ ਵਿੱਚ ਲੱਕੜੀ ਸ਼ਕੜੀ ਬਿਲਕੁਲ ਪਵੀਆਂ ਪਾ ਗਈਆਂ, ਤੁਸੀਂ ਅੱਗੇ ਦੇ ਪੈਸੋ ਤੇਲ ਬਲੈਣੀ ਆ, ਇੱਥੋਂ ਉਹ ਸਾਹਮਣੇ ਕੱਖ ਪੈਣ ਉੱਥੋਂ, ਤੰਦੂਰ ਨੂੰ ਤੀਲੀ ਲੱਗ ਗਈ ਹੈ, ਤੰਦੂਰ ਹੁਣ ਬਲਵੇ ਸੀ, ਰੋਟੀ ਛੋਟੀ ਪਕਾ ਛਕਾ ਕੇ ਵਿਹਲੇ ਹੋ ਕੇ, ਦੱਸੋ ਹਾਲੇ ਥੋੜ੍ਹੀ ਥੋੜ੍ਹੀ ਬਲਦੀ ਵਧੀਆ, ਲੱਕੜੀ ਵਿੱਚ ਤੰਦੂਰ ਬਲਦਾ ਪਿਆ। ਵੈਲਕਮ ਬੈਕ ਵੀਵਰ, ਤੰਦੂਰ ਮੇਰਾ ਬਲ ਗਿਆ ਹੈ, ਤਾਂ ਰੋਟੀ ਪਕਾਉਂਦੀ ਖਲੋਤੀ ਹਾਂ, ਧੁੱਪ ਚੱਲ ਗਈ ਹੈ, ਮੈਂ ਕਿ ਚਲੋ ਸਵੇਰ ਰੋਟੀ ਛੋਟੀ ਪਕਾ ਲਵਾਂ ਨਾ, ਕਿਉਂਕਿ ਮਾਂ ਰਮਜ਼ਾਨ ਹੈ, ਲੋਕ ਵੇਖ ਕੇ ਗੱਲਾਂ ਕਰਨ ਲੱਗ ਜਾਂਦੇ, ਮਾਂ ਰਮਜ਼ਾਨ ਦਾ ਪਤਾ ਨਹੀਂ ਲੱਗਦਾ, ਤਾਂ ਜਿਹੜੇ ਬੰਦੇ ਬਿਮਾਰ ਹਨ ਉਹਨਾਂ ਦੇ ਵਾਸਤੇ ਮਾਂ ਰਮਜ਼ਾਨ ਹੋਵੇ ਨਾ ਹੋਵੇ ਉਹਨਾਂ ਨੂੰ ਕੋਈ ਫਰਕ ਨਹੀਂ ਹੁੰਦਾ, ਕਿਉਂਕਿ ਉਹਨਾਂ ਦਵਾਈ ਸ਼ਵਾਈ ਖਾਣੀ ਹੁੰਦੀ ਨੇ, ਇਸ ਵਜ੍ਹਾ ਤੋਂ ਰੋਟੀ ਲਾਜ਼ਮੀ ਹੈ ਉਹਨਾਂ ਦੀ। ਤਾਂ ਵੈਲਕਮ ਬੈਕ ਵੀਵਰ, ਸਾਰਾ ਕੰਮ ਸ਼ੰਮ ਹੋ ਗਿਆ ਹੈ, ਰੋਟੀ ਛੋਟੀ ਪੱਕ ਗਈ ਹੈ, ਰੋਟੀ ਬਲੇਟ ਸ਼ਲੇਟ ਕੇ ਰੱਖ ਛੋੜੀਏ, ਬਾਬਾ ਵਾਲੇ ਤਾਂ ਗਾਹ ਤੂੰ ਕੋਈ ਨਹੀਂ ਵਾਲਾ, ਤਾਂ ਸਾਰਾ ਕੰਮ ਕੰਪਲੀਟ ਹੋ ਗਿਆ ਹੈ, ਤਾਂ ਹੁਣ ਇਸ ਵੀਲੋਗ ਦਾ ਇੱਥੇ ਕਰੇ ਸਾਂ ਐਂਡ, ਮਿਲ ਸਾਂ ਅਗਲੀ ਵੀਡੀਓ, ਉਹ ਤੱਕ ਅੱਲਾਹ ਹਾਫਿਜ਼, ਵੀਡੀਓ ਅੱਛੀ ਲੱਗੇ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਲਾਜ਼ਮੀ, ਦੁਆਵਾਂ ਦੇ ਯਾਦ ਰੱਖਾ ਹੈ, ਅੱਲਾਹ ਹਾਫਿਜ਼।